मार दिया कुछ और वो तो जाऊगी तू लाला चोर लौड़ा जेड़ा तो छोटी नहीं दिन है यहां है तू की बोलो मान दिया अड्डे जाने तेरी बहन तेरी मां सुनी कुल तेरी मामे दी कुड़ी हां जाऊगी ना छोटी नहीं दिन है यहां हां ਕਟਰ ਜਨਾਨੀਏ ਨੀ ਤੈਨੂੰ ਕਈ ਵਾਰੀ ਕਿਹਾ ਸੀ ਪੇਕੀ ਨਾ ਜਾਇਆ ਕਰ ਨਾ ਜਾਇਆ ਕਰ ਲੋਕਾਂ ਤੋਂ ਕਹਾਤੀਆਂ ਨਾ ਗੱਲਾਂ ਹੁਣ ਹਾਏ ਹਾਏ ਹੁਣ ਜੇ ਸਰਕਾਰ ਨੇ ਬੱਸਾਂ ਫ੍ਰੀ ਕਰਤੀਆਂ ਇਹ ਥੋੜ੍ਹੀ ਵੀ ਇੱਕ ਚੜ੍ਹ ਜਾਓ ਇੱਕ ਉੱਤਰ ਜਾਓ ਇੱਕ ਚੜ੍ਹ ਜਾਓ ਇੱਕ ਉੱਤਰ ਜਾਓ ਵੀ ਤੁਸੀਂ ਉਹਨਾਂ ਪਿੱਛੇ ਆਪਦਾ ਘਰ ਕਿਉਂ ਬਰਬਾਦ ਕਰਦੇ ਹੋ ਬਬਲੀ ਬਬਲੀ ਕਿੱਥੇ ਚੱਲੀ ਹੁਣ ਬਬਲੀ ਬਬਲੀ ਤੂੰ ਕਿੱਥੇ ਚੱਲੀ ਲੱਪੂ ਕਿਉਂ ਮੈਨੂੰ ਟੋਕਤਾ ਮੈਂ ਕਿੱਥੇ ਜਾਣਾ ਪੇਕੇ ਜਾਣਾ ਤੇ ਪੇਕੀ ਨਾ ਕੱਲ ਤਾਂ ਹਜੇ ਪੇਕੇ ਤੋਂ ਆਈ ਆਂਗੀ ਨਾ ਕੱਲ ਕੀ ਅੱਜ ਕੀ ਫਿਰ ਤਾਂ ਮੈਂ ਤਾਂ ਰੋਜ਼ ਹੀ ਜਾਊਂਗੀ ਕਿਹੜਾ ਕਿਰਾਇਆ ਲੱਗਦਾ ਨਹੀਂ ਤੂੰ ਰੋਜ਼ ਹੀ ਪੇਕਿਆਂ ਨੂੰ ਤੁਰ ਪੈਂਦੀ ਆ ਨਾ ਬਾਲ ਤੈਨੂੰ ਕੁਛ ਕਹਿੰਦਾ ਨੀਗਾ ਉਹ ਤਾਂ ਉਦੋਂ ਰੌਲਾ ਪਾਉਂਦਾ ਸੀ ਭੂਆ ਜਦੋਂ ਮੈਂ ਉਦੋਂ ਕਿਰਾਇਆ ਮੰਗਦੀ ਸੀ ਹੁਣ ਕਿਉਂ ਰੌਲਾ ਪਾਊਗਾ ਹੁਣ ਕਿਹੜਾ ਮੈਂ ਤੋਂ ਕਿਰਾਇਆ ਲੈ ਕੇ ਜਾਣਾ ਹੁਣ ਤਾਂ ਚਾਹੇ ਸਵੇਰੇ ਜਾ ਕੇ ਰੋਜ਼ ਸਵੇਰੇ ਜਾਇਆ ਕਰਾਂ ਸ਼ਾਮ ਨੂੰ ਰਾਵਣ ਆਇਆ ਕਰਾਂ ਟੌਰ ਨਾਲ ਬੱਸਾਂ ਵੀ ਦੇਖ ਆਪਦੀਆਂ ਪੇਕੇ ਵੀ ਆਪਦੇ ਭੂਆ ਹੁਣ ਦੇਖ ਮੈਨੂੰ ਜਾਣ ਦੇ ਤੂੰ ਹੁਣ ਮੇਰੀ ਬੱਸ ਲੰਘ ਜੂ ਢਾਈ ਵਾਲੀ ਘੋੜੇ ਵਾਲੀ ਹੁਣ ਮੈਨੂੰ ਜਾਣ ਦੇ ਤੂੰ ਆਪ ਨੂੰ ਉਹਨੂੰ ਸਮਝਾ ਜਾ ਕੇ ਮੇਰਾ ਟਾਈਮ ਨਾ ਖਰਾਬ ਕਰ ਚੰਗਾ ਚੰਗਾ ਹਾਂ ਦੇਖ ਕਿਵੇਂ ਪਥਨੀਆਂ ਫਿਰਦੀਆਂ ਨੇ ਇਹ ਪਥਰ ਪਣਾ ਨਾ ਤੁਹਾਡਾ ਉਹਨਾਂ ਚ ਨਹੀਂ ਚੱਲੂਗਾ ਜਿੰਨਾ ਚਿਕਰ ਘੋੜੇ ਵਾਲੀਆਂ ਬੱਸਾਂ ਚੱਲਣਗੀਆਂ ਮੈਂ ਦੇਖਦੀ ਹੁਣ ਸਾਡੇ ਵਾਲੀ ਗਾਟਰ ਜਨਾਨੀ ਨੂੰ ਸਾਰੇ ਪਿੰਡ 'ਚ ਮੇਰੀ ਪੱਟੀ ਮੇਸ ਕਰਾਤੀ ਇਹਨੇ ਲੰਟਰ ਨੇ ਤੂੰ ਮੇਰੀ ਗੱਲ ਸੁਣ ਬੇਬੇ ਦੀ ਸੇਵਾ ਕਰਿਆ ਕਰ ਐਵੇਂ ਲੜਿਆ ਨਾ ਕਰ ਤੂੰ ਉਹਦੇ ਨਾਲ ਤੈਨੂੰ ਪਤਾ ਬੁੱਢਾ ਸਰੀਰ ਆ ਸਹਿਣੀ ਹੋ ਗਈ ਹੁਣ ਬਥੇਰੀ ਸੇਵਾ ਕਰਦੀਆਂ ਇਹਦੇ ਤਾਂ ਕੋਈ ਚੂੜੀ ਮੇਜ਼ 'ਚ ਹੀ ਨਹੀਂ ਆਉਂਦੀ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਉੱਥੇ ਮੈਨੂੰ ਲੈਣ ਗਏ ਮੈਂ ਆਈ ਨਹੀਂ ਦੇਖੋ ਉਹਦੀ ਮੈਂ ਉਹਦੀਆਂ ਆਈਆਂ ਤੁਹਾਡੇ ਸਾਹਮਣੇ ਮੈਂ ਕੀ ਨਹੀਂ ਫੜਾਉਂਦੀ ਕੀ ਨਹੀਂ ਮੈਂ ਕੀ ਘਰ 'ਚ ਕੰਮ ਨਹੀਂ ਕਰਦੀ ਮੈਂ ਜਿਹੜੇ ਵੀ ਆਉਂਦੀ ਆ ਚੱਕਦੀ ਆ ਝੋਲਾ ਠੂ ਪੇਕੇ ਬੇਬੇ ਵੀ ਆ ਗਈ ਜਿਹੜੇ ਵੀ ਆਉਂਦੀ ਆ ਜਾਂਦੀ ਆ ਝੋਲਾ ਠੂ ਚੱਕਦੀ ਆ ਠੂ ਪੇਕੇ ਇਹ ਕੱਲ ਕੁੱਤਿਆਂ ਨੇ ਸ਼ਾਂਤ ਰਹਿਆ ਕਰ ਤੂੰ ਕਿਹੜੀ ਸ਼ਾਂਤ ਰਹਾ ਮੈਂ ਆ ਬੱਸਾਂ ਨੇ ਮਾਰਦੀ ਜਿਹੜੇ ਕਿਰਾਏ ਇਹਨਾਂ ਨੂੰ ਫ੍ਰੀ ਕਰਤੇ ਇਹ ਵੀ ਤੀਜੇ ਦਿਨ ਪੇਕੇ ਤੀਜੇ ਦਿਨ ਪੇਕੇ ਚਲੀ ਜਾਂਦੀ ਆ ਚੱਕ ਕੇ ਝੋਲਾ ਜਾਂਦਾ ਤੂੰ ਨਾ ਮਾੜਾ ਮੋਟਾ ਸ਼ਾਂਤ ਰਹਿਆ ਕਰ ਹੈਲੋ ਹਾਂਜੀ ਹੈਲੋ ਹੈਲੋ ਹਾਂਜੀ ਸਰ ਕਿਹਦਾ ਫੋਨ ਆ ਗਿਆ ਪੁੱਤ ਹੁਣ ਕੰਪਨੀ ਦਾ ਫੋਨ ਆ ਗਿਆ ਅੱਛਾ ਹੈਲੋ ਹਾਂਜੀ ਆਉਣਾ ਪਊ ਜੀ ਹਜੇ ਸਰ ਹਜੇ ਕੱਲ੍ਹ ਤਾਂ ਮੈਂ ਛੁੱਟੀ ਆਇਆ ਜੀ ਛੁੱਟੀ ਕੈਂਸਲ ਹੋ ਗਈ ਸਰ ਤੁਸੀਂ ਆਪ ਲਾਓ ਵੀ ਮੈਨੂੰ ਘੱਟੋ ਘੱਟ ਤੁਸੀਂ ਟਾਈਮ ਤਾਂ ਦਿਓ ਮੈਨੂੰ ਇੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਦਿਨ ਰਾਤ ਮੈਂ ਮਿਹਨਤ ਕਰਦਾ ਤੁਹਾਡੀ ਕੰਪਨੀ ਵਾਸਤੇ ਆਉਣਾ ਪਊਗਾ ਜੀ ਚਲੋ ਠੀਕ ਆ ਗੇਬੋ ਮੇਰਾ ਆ ਬੈਗ ਤੁਹਾਨੂੰ ਉਹਦੀ ਲੈ ਆਈ ਮੈਂ ਸੋ ਤੋਂ ਕਿਤੇ ਬਾਹਰ ਹਾਂ ਗੱਲ ਤੋਂ ਤੁਹਾਡਾ ਕਿਹਾ ਮੈਨੂੰ ਰੱਬ ਵਰਗਾ ਹੁਕਮ ਹੈ ਬੇਬੇ ਇੱਕ ਮਿੰਟ ਤੂੰ ਮੇਰੀ ਗੱਲ ਸੁਣ ਬੈਠ ਤੂੰ ਬਹਿ ਜਾ ਇੱਥੇ ਮੈਨੂੰ ਜਾਣਾ ਪਊਗਾ ਲਾਜ਼ਮੀ ਹੁਣ ਠੀਕ ਆ ਨਾ ਕੰਪਨੀ ਦਾ ਮੈਨੂੰ ਫੋਨ ਆ ਗਿਆ ਤੁਸੀਂ ਲੜਿਆ ਨਾ ਕਰੋ ਨਾਲੇ ਤਾਂ ਮੇਰੀ ਗੱਲ ਸੁਣ ਬਈ ਤੂੰ ਇਹ ਨਾ ਹੋਵੇ ਦੂਜੇ ਤੀਜੇ ਦਿਨ ਜਿਵੇਂ ਚੱਕ ਕੇ ਬੈਗ ਤੁਰ ਪੈਂਦੀ ਆ ਮੈਂ ਜਮਾ ਨਹੀਂ ਜਾਂਦੀ ਜੀ ਹੁਣ ਹਾਂ ਪਤਾ ਬੇਬੇ ਦੀ ਸੇਵਾ ਕਰਿਆ ਕਰ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਇਹੀ ਜੀ ਸੇਵਾ ਕਰੂੰਗੀ ਤੁਹਾਨੂੰ ਇਹ ਆਉਂਦੇ ਨੂੰ ਦੱਸੂਗੀ ਨਾਲ ਤੁਹਾਨੂੰ ਪਤਾ ਲੱਗੂ ਆਪੀ ਸੇਵਾ ਕਰ ਹਾਂ ਧਿਆਨ ਰੱਖਣਾ ਠੀਕ ਹੈ ਚੰਗਾ ਬੇਬੇ ਚੱਕ ਇਹ ਬਾਤ ਕੀ ਚੱਲ ਖੇੜਾ ਛੁੱਟਿਆ ਪਰੇ ਹਾਂ ਹੁਣ ਤਾਂ ਮੈਂ ਖੁੱਲੀ ਚੌੜੀ ਹੋ ਜਾਊਂਗੀ ਦੇਖ ਕਿਵੇਂ ਖੇਖਣ ਕਿਵੇਂ ਡਰਾਮੇ ਕਰਦੀ ਆ ਉਹਦੇ ਸਾਹਮਣੇ ਬੋਲਿਆ ਕਰ ਨਾ ਫਿਰ ਫਿਰ ਵੀ ਬੰਦਾ ਹੈ ਮੇਰਾ ਮੈਨੂੰ ਵਿਆਹ ਕੇ ਲੈ ਕੇ ਆਇਆ ਹਾਂ ਤੂੰ ਤਾਂ ਮੇਰੇ ਡਾਂਗਾ ਪਵਾਉਣ ਨੂੰ ਰਹਿੰਦੀ ਆ ਵੀ ਆਪ ਚਾਹੇ ਡਾਂਗੋ ਡਾਂਗੀ ਕਿਉਂ ਨਹੀਂ ਹੁੰਦੇ ਦੋਏ ਤੀਵੀਂ ਆਦਮੀ ਹਾਂ ਕਿਆ ਤੂੰ ਕੰਮ ਕਰ ਜਾ ਕੇ ਉਹਦਾ ਆਏ ਹਾਏ ਬੜਾ ਦੁਖੀ ਕੀਤਾ ਭਾਈ ਇਹਨਾਂ ਦਾ ਹੋ ਮੈਂ ਤਾਂ ਪੇਕੇ ਜਾਂਦੀ ਹਾਂ
मेरे गल सुन साडे तां मेरे चाचे दियां कुड़ियां मेरे ताए दियां मेरे मामे दियां साडे सारियां आउणगियां साडे तां तीआं ही ने इक तरह दे ब्याह दे बाद ने मैं तां जाऊंगी मेरी बस लंघ जूगी मैं तां जाणा है मेरी ढाई वाली बस लंघ जू घोड़े वाली जाके खा खा जा तू जामेगी या फिर मैं रहूंगी ठीक है तेनू मैं चढ़ाउनी घोड़े वाली बस अत्याचार नी कर सकती मेरे ते जेड़े बहुआ ते अत्याचार कर दियां ने ना बैठी तेरे वर्गी सस्सा हां मैं बंद भी करवा दूंगी मेरे पेके तेन खा जाणगे मेरे भाई पता किन्ने तकड़े ने एडे एडे डौले वाले ने मेरे भाई मैनू मैं फिर भी ब्याह के लैती हूं आए मैं लोग मेरे ते अत्याचार हो रहा आए बू मैं की करा आए कि तोड़ देंगी मैनू मैं 100 नंबर ते फोन कर दी मैं तू खड़ता बहू का भी ख्याल रखना गा चल शहर तो मैं भी जाऊंगी जाना तू अंदर जाने ही रही अंदर कि भेज देंगी तू मैं जुलम नहीं कर सकती तू मेरे मैं तेरे हक डंडा चार दूंगी मैं ना कर तू अंदर जा तू मैं फिर भी सुन मेरी सास है तू तू अंदर चला आए कि भेज देंगी तू मैंने जुलम नहीं कर सकती मेरे पे तू अंदर जाने नहीं मैं तो जानती नहीं फिर आ खड़िया ला मेरे मैं तेरे मुंह से डांट सक तू मेरे पुत्ता नहीं रन अंदर चला हाय जी तेनू तेनू पिता तेनू हराम ने तेनू मैं पता नहीं केड़ी गल कर दी थी मेरा भी मैं पता नहीं केड़ी गल कर दी थी सिद्धू हां अपना वो नहीं संगूर अपना विपक स्टूडियो चंडीगढ़ मेरे भतीजे का ब्याह गा ओनू बुक करके आना सीगा अच्छा बुआ कोई ना बुआ टेलीफोन ते कहना गे आपां आ गल तेरी सोलाने दियां बल्ले पुत मेरे पुत हुण तां इहो जे हुण चल संगूर तां मजाऊंगी परसों नूं पहला हुण इहदा की करां मैं ऐ कर दियां मंजा इहदे गेटां च ठोणियां बारची बहगी मेरा बहुत ही पंगा पै गया बू कि पगिया जिम्मे मेरे ती पैरा लाना तो होर कोई काम ही नहीं होंगे इन कोई हां हूँ दस की करा ये तो हैगी मेरी सस है जो कोई होर होंगी ना मैं गल गुठा दे के मार दें बदनामी का डर लगता सारी उम्र लोग कह सस मारती बू की करा देखती हाँ जे सौगी हो बू अच के कोल की लग जूगी हाँ देखती हूँ देखा ਆਏ ਤੂੰ
पै चुप करके चक्कर आएगा तू मेरे ते जुल्म कर दी है तेनू ना नू पाप लगूगा नू पाप होंदा हाँ जो तू मर के उत्ते जावेंगी ना तेरे एडिया जे मैं सौ गई मेरे सौन तो मगरों जे हे भज गई फिर मैं कर दी इतने रात मैं गोला कर लत मैं आपकी लत ना बांधी लगता सौंग लै नी गिप चक बैग भज ल तेरा बेड़ा भज तेरा ट्रक्का भज चाहे मैनु सौ रस्सा क्यों ना बटना पै जे तेनू जान नहीं दिंदी नहीं तो किन्नी पापना नहीं तो मेरे ते जुल्म कर रही है नी चंगा जान नहीं दिंदी चंगा पर रस्सी ना बन हाँ। मेरी बेइज्जती होगी गुआंढी चंगा हुण मैं जानती नहीं सौ खा मैनू सौ तेरी तेरे प्यार दी मेरी मामा वर्गे सस मेरी गुगला बुगला पुपड़ी पुपड़ी मैं जानती नहीं चंगा, चंगा।, चंगा। खड़ जा क्यों मेनू मरवाए में कि बुढ़ी नू आ जा फड़ हाँ देख हूं फड़ के दिखा तू मेनू हाँ मैं ब्याह तो पहला बथेरे कोठे टप्पे ने हूं फड़क में फड़दी है किमें नचद जिमें हो नचदे होंगे ने भी ऑर्केस्ट्रा हेठा जिम्मे मर्जी नच मैं तो ब्याह जाऊंगी मैं तो ब्याह जानी हाँ तू हटा के दिखा बस मैं
जान तेन मैं भी दिंदी फिर चल। टुटी जी बुढ़ी नू की हो गया, खनी की कारण गई है? नहीं मैनू लगता कि अब 4-5 हज़ार रुपया तो लिया की देगी, मैं लगता पैसे लैन गई है अंदर। हाँ नहीं चल बढ़िया, मेरे पेकियां चो ठुक बनूंगी नाले उथे न्यौंदा पा दूंगी। हाँ लगती तो है नहीं यही जी ये भी मेरे वास्ते कुछ कर दूगी। चल देख दी नाले मोटरसाइकिल की आवाज़ जी कितना आ जाती, कोई चलाने वाला तो मोटरसाइकिल है नहीं कर, ये मोटरसाइकिल की आवाज़ आती है। मोटरसाइकिल से चढ़ी कोट पाई नहीं बेबी आ की है, तू तो आए तैयार होके आ गई जिम्मे तू वकील का कोर्स करन जाना हुंदा। ले मुंडा घरे है नी, तू ब्याह ते चली आ, नी मैं उरे घरे कली आ, मैं भी तेरे नाल ही जाऊं, नले उठे मैं भी चार लड्डू खा आऊंगी। ले ले तो न्यौंदे वास्ते पैसे, ये तो मैनू ये पिपल लग गई बू बेलो हुण इहदा की करा मैं। मैं नहीं बेबे लेके जाती, हाँ तै तो उत्थे मेरे धेले की इज्जत नहीं रहन देनी। हाँ तू तो जलूस कर देगी मेरा उत्थे, तू तो उरे मैं जलूस कर ना कड़ कड़ मार रखे दुखी कर रखी तै, उत्थे तू मैनू कित्थे जाण देवेंगी? तू तो मेरे सारे चाचे ताए च मेरी जमी उत्थे पुछण लस्सी करा देंगी। ले पुत मैं सौ लगे, मैं उत्थे जमा नहीं बोलती, चल आ जा तू बैठ। मैं लाए तो चलती हाँ, जे उत्थे तू बोली ना अगे तो कदे नहीं लेके जाती। हाँ नाले तैनू तेरे भाण जे किंदी दी सौं लगे, नाले तैनू तेरे भाण जे सोनी दी सौं लगे। अच्छा, कांजले आले दी। अच्छा हाँ। चंगा चंगा चल तू बह जा पीछे। हाँ मैं बही नहीं, मैं इत्थे रख दियां इन। दे किवें मैनू सौहां खवांदी है भाइयां दियां भाणजियां दियां है। जे तेरा नाम है गाडर तीवी, तेरे पिंड च जलूस ना कढ़िया मैनू की वो किने कहना फिर। ऐ कर पीए हाँ मास्क बन के रखियो, जे तुसी गुलाब जामुन खानिया तां वी मास्क ला के खानिया नी, ठीक है? फिर मैनू दीपो कीने कहना जे उत्थे पैग नाल गुलाब जामुन ना खादियां मैं, ठीक है? वध तो वध तुसी इस फिल्म नू प्यार देना भी सब्सक्राइब करना, ओके देखना भुलना ना, एक पैग ते मास्क ते गुलाब जामुन। बाय, आई लव यू।